ਧੰਨ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼੍ਰੀ ਗੁਰੂ ਸਿੰਘ ਸਭਾ ਸੀ ਬਲਾਕ ਵਿਕਾਸਪੁਰੀ ਨਵੀਂ ਦਿੱਲੀ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਪ੍ਰੰਤ ਪ੍ਰਸਿੱਧ ਰਾਗੀ ਜਥਿਆਂ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਦੀ ਵਧੇਰੇ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵਿੰਦਰ ਸਿੰਘ ਨੇ ਦੱਸਿਆ ਕਿ ਇਸ ਮੌਕੇ ਭਾਈ ਰਵਿੰਦਰ ਸਿੰਘ ਜੀ, ਭਾਈ ਬਲਬੀਰ ਸਿੰਘ ਜੀ ਚੰਡੀਗੜ੍ਹ ਵਾਲੇ, ਭਾਈ ਸਿਮਰਨਜੀਤ ਸਿੰਘ ਸ਼੍ਰੀ ਦਰਬਾਰ ਸਾਹਿਬ ਵਾਲੇ, ਗਿਆਨੀ ਕਿਸ਼ਨ ਸਿੰਘ ਜੀ ਦਰਬਾਰ ਸਾਹਿਬ ਵਾਲਿਆਂ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਠਵੀਂ ਪਾਤਸ਼ਾਹੀ ਧੰਨ ਧੰਨ ਸਾਹਿਬ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਗੁਰਪੁਰਬ ਦੀ, ਸਰਬੱਤ ਸੰਗਤਾਂ ਨੂੰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸੀ ਬਲਾਕ ਵਿਕਾਸਪੁਰੀ ਦੀ ਪ੍ਰਬੰਧਕ ਕਮੇਟੀ ਵੱਲੋਂ ਲੱਖ ਲੱਖ ਵਧਾਈ ਹੋਵੇ। ਸਾਹਿਬਾਂ ਦੇ ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਵਿੱਚ ਗੁਰੂ ਘਰ ਦੇ ਅੰਮ੍ਰਿਤ ਵੇਲੇ ਤੋਂ ਦੀਵਾਨ ਸੱਜੇ ਹਨ। ਗੁਰੂ ਘਰ ਦੇ ਕੀਰਤਨੀ ਸਿੰਘਾਂ ਨੇ, ਭਾਈ ਰਵਿੰਦਰ ਸਿੰਘ ਜੀ ਨੇ, ਭਾਈ ਬਲਬੀਰ ਸਿੰਘ ਚੰਡੀਗੜ੍ਹ ਜੀ ਨੇ, ਭਾਈ ਸਿਮਰਨ ਸ਼੍ਰੀ ਦਰਬਾਰ ਸਾਹਿਬ ਅਤੇ ਹੋਰ ਗੁਰੂ ਘਰ ਦੇ ਕੀਰਤਨੀ ਸਿੰਘਾਂ ਨੇ, ਗਿਆਨੀ ਕਿਸ਼ਨ ਸਿੰਘ ਜੀ ਨੇ ਅੰਮ੍ਰਿਤਸਰ ਨੇ, ਜੋ ਗੁਰੂ ਸਾਹਿਬ ਦਾ ਜੀਵਨ ਸੀ, ਜੋ ਗੁਰੂ ਸਾਹਿਬ ਦਾ ਵਿਰਸਾ ਸੀ, ਉਹ ਸਾਰੀ ਸੰਗਤਾਂ ਨੂੰ ਸਰਣ ਕਰਵਾਇਆ। ਅਤੇ ਅੱਜ ਸਾਹਿਬਾਂ ਦੇ ਪ੍ਰਕਾਸ਼ ਗੁਰਪੁਰਬ ਸੰਬੰਧ ਦੇ ਵਿੱਚ ਸਾਨੂੰ ਸਭ ਤੋਂ ਵੱਡੀ ਲੋੜ ਇਸੀ ਚੀਜ਼ ਦੀ ਹੈ ਕਿ ਅਸੀਂ ਸਾਰੇ ਆਪਣੇ ਗੁਰੂ ਦੇ ਵਿਰਸੇ ਨਾਲ ਜੁੜੀਏ, ਗੁਰੂ ਦੀ ਦੌਲਤ ਨਾਲ ਜੁੜੀਏ। ਦੁਨਿਆਵੀ ਦੌਲਤ ਤੋਂ ਅਸੀਂ ਬਹੁਤ ਇਕੱਠੀ ਕਰਦੇ ਹਾਂ, ਬੈਂਕ ਬੈਲੈਂਸ ਪੜ੍ਹਦੇ ਹਾਂ, ਲੇਕਿਨ ਜੋ ਗੁਰੂ ਦੀ ਦੌਲਤ ਹੈਗੀ ਹੈ, ਗੁਰੂ ਦਾ ਵਿਰਸਾ ਹੈਗਾ, ਗੁਰੂ ਨੇ ਜੋ ਇਨਸਾਨੀਅਤ ਮਾਨਵਤਾ ਲਈ ਸਾਡੇ ਲਈ ਕੰਮ ਕੀਤੇ ਹਨ, ਉਹਨਾਂ ਦੀ ਅਸੀਂ ਦੌਲਤ ਇਕੱਠੀ ਕਰਨੀ ਹੈ। ਅਸੀਂ ਉਸ ਨਾਲ ਜੁੜਨਾ ਹੈਗਾ, ਆਪਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਜੁੜਨਾ ਪੜਦਾ ਕਿ ਅੱਜ ਇਸ ਮਹਾਨ ਦਿਨ ਉੱਤੇ ਅਸੀਂ ਸਾਰੇ ਗੁਰੂ ਗ੍ਰੰਥ ਦੇ ਨਾਲ, ਗੁਰੂ ਪੰਥ ਦੇ ਨਾਲ ਜੁੜ ਕੇ ਅਸੀਂ ਆਪਣਾ ਜੀਵਨ ਸਫਲਾ ਕਰੀਏ। ਬਹੁਤ ਬਹੁਤ ਧੰਨਵਾਦ ਆਪ ਸਾਰਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹਨਾਂ ਦੱਸਿਆ ਕਿ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੀਏ ਤੇ ਆਪਣਾ ਜੀਵਨ ਸਫਲ ਬਣਾਈਏ, ਨਾ ਕਿ ਵਜ਼ੀਰਾਂ ਦੇ ਅਹੁਦੇ ਲੈਣ ਲਈ ਦਿੱਲੀ ਤਖ਼ਤ ਤੇ ਅੱਗੇ ਚੁੱਕੀਏ। ਇਸ ਮੌਕੇ ਉਹਨਾਂ ਪਹੁੰਚੀ ਸਾਧ ਸੰਗਤ ਅਤੇ ਰਾਗੀ ਜਥੇ ਤੇ ਪ੍ਰਬੰਧਕੀ ਕਮੇਟੀ ਦਾ ਧੰਨਵਾਦ ਕੀਤਾ। ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪਣੇ ਵੱਲੋਂ, ਪੂਰੀ ਸਿੰਘ ਸਭਾ ਕਮੇਟੀ ਵੱਲੋਂ, ਅੱਠਵੇਂ ਪਾਤਸ਼ਾਹ ਬਾਲਾ ਪ੍ਰੀਤਮ ਧੰਨ ਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤ ਨੂੰ ਲੱਖ ਲੱਖ ਮੈਂ ਵਧਾਈ ਦਿੰਦਾ। ਅੱਜ ਜੋ ਪ੍ਰਕਾਸ਼ ਪੁਰਬ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸੀਵਲਾ ਵਿਕਾਸਪੁਰੀ ਵਿਖੇ ਮਨਾਇਆ ਗਿਆ, ਬੜੀ ਧੂਮਧਾਮ ਨਾਲ ਸੰਗਤਾਂ ਨੇ, ਬਹੁਤ ਉਤਸ਼ਾਹ ਸੀ ਸੰਗਤਾਂ ਦਾ। ਅੱਜ ਦੇ ਦਿਨ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ, ਇਹ ਸਾਰੀ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਇਸ ਕਰਕੇ ਕਿਉਂਕਿ ਛੋਟੀ ਸਾਰੀ, ਲੋਕ ਕਹਿੰਦੇ ਨੇ ਕਿ ਛੋਟੀ ਉਮਰ ਸੀ ਸੱਚੇ ਪਾਤਸ਼ਾਹ ਦੀ, ਪਰ ਸੱਚੇ ਪਾਤਸ਼ਾਹ ਨੂੰ ਗੁਰੂ ਘਰ ਦੀ ਸੇਵਾ ਮਿਲੀ। ਇਹਦੇ ਵਿੱਚ ਕੋਈ ਛੋਟਾ ਨਹੀਂ, ਕੋਈ ਵੱਡਾ ਨਹੀਂ, ਨਿਮਰਤਾ ਵਾਲੇ ਨੂੰ ਹੀ ਹਮੇਸ਼ਾ ਗੁਰੂ ਘਰ ਦੀ ਸੇਵਾ ਮਿਲਦੀ ਹੈ। ਇਹ ਜੋ ਸੇਵਾ ਸਾਰੀ ਸੰਗਤਾਂ ਨੇ ਸਾਨੂੰ ਦਿੱਤੀ ਹੈ, ਸਾਡੇ ਪ੍ਰਧਾਨ ਸਾਹਿਬ, ਸਕੱਤਰ ਸਾਹਿਬ ਸਾਰੇ ਹੀ ਬੈਠੇ ਹੋਏ ਨੇ, ਮੇਰਾ ਛੋਟਾ ਵੀਰ ਭਰਾ ਜਿੰਦੂ, ਸਾਰੇ ਬੈਠੇ ਹਾਂ। ਅਸੀਂ ਸਾਰੀ ਸੇਵਾ ਅਸੀਂ ਸੰਗਤ ਦੇ ਨਾਲ ਰਹਿ ਕੇ ਕਰਨੀ ਹੈ, ਔਰ ਅੱਗੇ ਵੀ ਕਰਦੇ ਰਹਾਂਗੇ। ਸਾਰਿਆਂ ਨੂੰ ਇੱਕ ਵਾਰੀ ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਬਾਲਾ ਪ੍ਰੀਤਮ ਜੀ ਦਾ ਪ੍ਰਕਾਸ਼ ਦਿਹਾੜਾ ਹੈ, ਸੋ ਸਾਰੀਆਂ ਹੀ ਸੰਗਤਾਂ ਸਿੰਘ ਸਭਾ 'ਚ ਜੋ ਹੈ ਨਕਮਸਤਕ ਹੋ ਰਹੀਆਂ ਨੇ, ਠਾਠਾ ਮਾਰਦਾ ਸੰਗਤਾਂ ਦਾ ਪ੍ਰਵਾਹ ਹੈ, ਗੁਰੂ ਕੇ ਲੰਗਰ ਤੁੱਟ ਵਰਤ ਰਹੇ ਨੇ। ਬੜੀ ਕਿਰਪਾ ਮਹਾਰਾਜ ਦੀ ਇਸ ਸਿੰਘ ਸਭਾ 'ਤੇ ਹੈ, ਸੋ ਬਹੁਤ ਹੀ ਠਾਠਾ ਮਾਰਦਾ ਜੋ ਸੰਗਤਾਂ ਦਾ ਹੈ ਪ੍ਰਵਾਹ ਚੱਲਿਆ ਹੈ, ਲੰਗਰ ਦਾ ਵੀ ਪ੍ਰਵਾਹ ਚੱਲਿਆ ਹੈ। ਬਹੁਤ ਬਹੁਤ ਸਾਰੀਆਂ ਹੀ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਹਰਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ, ਬਾਲਾ ਪ੍ਰੀਤਮ ਧੰਨ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਰਬੱਤ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਜੋ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸੀ ਬਲਾਕ ਵਿਖੇ ਅੱਜ ਜੋ ਬੜੀ ਸ਼ਰਧਾ ਨਾਲ, ਭਾਵਨਾ ਨਾਲ, ਧੂਮਧਾਮ ਨਾਲ ਗੁਰਪੁਰਬ ਮਨਾਇਆ ਸੀ, ਅੱਜ ਦਰਬਾਰ ਸਾਹਿਬ ਦੇ ਅਜੂਰੀ ਕੀਰਤਨੀਏ ਭਾਈ ਸਾਹਿਬ ਭਾਈ ਸਿਮਰਨਜੀਤ ਸਿੰਘ ਜੀ, ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਅਤੇ ਭਾਈ ਸਾਹਿਬ ਭਾਈ ਬਲਬੀਰ ਸਿੰਘ ਚੰਡੀਗੜ੍ਹ ਵਾਲੇ, ਔਰ ਕਥਾਵਾਚਕ ਭਾਈ ਸਾਹਿਬ ਭਾਈ ਕਿਸ਼ਨ ਸਿੰਘ ਜੀ, ਉਹਨਾਂ ਨੇ ਆਪ ਸੰਗਤਾਂ ਨੂੰ ਕੀਰਤਨ ਦੁਆਰਾ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਬਹੁਤ ਇਕੱਠ ਸੰਗਤਾਂ ਦਾ, ਜੋ ਬੱਚੇ ਬਜ਼ੁਰਗ ਬੀਬੀਆਂ ਸਭ ਸੰਗਤਾਂ ਘਰੋਂ ਘਰੋਂ ਚੱਲ ਕੇ ਗੁਰੂ ਸਾਹਿਬ ਜੀ ਨਗਮਸਤਕ ਹੋਈਆਂ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ।